ਅੱਜ ਦੇ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰਿਕੁਐਸਟ ਕਰਾਂਗਾ ਕਿ ਅਸੀਂ ਹੁਣ ਸਲਾਈਡਸ ਦੇ ਅੰਦਰ ਐਂਟਰ ਕਰਾਂਗੇ ਜਦੋਂ ਅਸੀਂ ਅੱਜ ਦੇ ਸੈਮੀਨਾਰ ਦੀਆਂ ਸਲਾਈਡਸ ਨੂੰ ਪੜਾਂਗੇ ਤੁਸੀਂ ਜਿਹੜਾ ਭੂਮਿਕਾ ਤਿਆਰ ਹੋਈ ਹੈ ਉਸ ਉਸ ਨੂੰ ਨਾਲ ਆਪਣੇ ਦਿਮਾਗ ਵਿੱਚ ਰੱਖੋਗੇ ਤਾਂ ਅਸੀਂ ਇਹਦੇ ਬੇਸਿਕ ਪੁਆਇੰਟਸ ਜੋ ਕਾਮਨ ਮੈਨ ਸਮਝ ਸਕਦਾ ਹੈ ਉਹ ਵਾਲੇ ਪੁਆਇੰਟਸ ਨੂੰ ਲੈ ਕੇ ਚੱਲਾਂਗੇ ਸੋ ਪਹਿਲਾਂ ਅਸੀਂ इंट्रोडक्शन शुरू करते हैं हां जी इंट्रोडक्शन शुरू आम प्रचलित विचार है कि नवजात रब ਦਾ ਰੂਪ ਹੁੰਦਾ ਹੈ ਰੱਬੀ ਗੁਣ ਲੈ ਕੇ ਪੈਦਾ ਹੁੰਦਾ ਹੈ ਇਹ ਆਮ ਤੌਰ ਤੇ ਮਸ਼ਹੂਰ ਹੈ ਨੋਸ਼ਨ ਹੈ ਕਿ ਬੱਚਾ ਰੱਬ ਦਾ ਰੂਪ ਹੁੰਦਾ ਹੈ और रब्बी गुण ਲੈ ਕੇ ਪੈਦਾ ਹੁੰਦਾ ਹੈ ਜੋ অমূল ਗੁਣ ਨਵजात ਬੱਚੇ ਵਿੱਚ ਹੁੰਦੇ ਹਨ ਉਸ ਦੀ ਕੀਮਤ ਉਹ ਆਪ ਵੀ ਨਹੀਂ ਜਾਣਦਾ ਔਰ ਬੱਚੇ ਨੂੰ ਉਹ ਗੁਣਾ ਬਾਰੇ ਪਤਾ ਨਹੀਂ ਕਿ ਮੇਰੇ ਕੋਲ ਗੋਡਲੀ ਕੁਆਲਿਟੀਜ਼ ਹਨ ਤੁਸੀਂ ਦੇਖਦੇ ਹੋ ਬੱਚਾ ਕਿਸੇ ਨਾਲ ਲੜਦਾ ਹੈ ਫਿਰ ਉਸ ਦੇ ਨਾਲ ਖੇਡਣ ਲੱਗ ਪੈਂਦਾ ਬੱਚਾ ਉਸ ਦੇ ਬਿਨਾਂ ਰਹਿ ਨਹੀਂ ਸਕਦਾ ਜਿਸ ਨੇ ਉਹਦਾ ਟੌਏਕ ਹੋਇਆ ਸੀ ਬੱਚਾ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਦਾ ਹਰ ਕਿਸੇ ਦੀ ਗੋਦੀ ਵਿੱਚ ਲਾ ਜਾਉਂਦਾ ਬੱਚੇ ਵਾਸਤੇ ਤੀਰ ਮੇਰ ਕੁਝ ਨਹੀਂ ਹੁੰਦਾ ਬੱਚੇ ਨੂੰ ਮੈਂ ਮੇਰੀ ਕੁਝ ਨਹੀਂ ਹੁੰਦਾ ਬੱਚੇ ਨੂੰ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਹੁੰਦਾ ਪਰ ਇਹ ਸਾਰੀਆਂ ਜਿਤਨੀ ਗੋਡਲੀ ਕੁਆਲਿਟੀਆਂ ਹੈ ਨਾ ਇਨ ਬਾਰੇ ਚਾਈਲਡ ਡਸਨਟ ਨੋ ਐਟ ਆਲ ਜਿਉਂ ਜੋ ਮਾਤਾ ਪਿਤਾ ਦੀ ਸੰਗਤ ਕਰਦਾ ਹੈ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਮਿਲਦਾ ਹੈ ਸਮਾਜ ਵਿੱਚ ਵਿਚਰਦਾ ਹੈ ਆਲੇ ਦੁਆਲੇ ਵਿੱਚ ਲੰਘਦਾ ਹੈ ਤਾਂ ਸਹਿਜੇ ਹੀ ਇਹਨਾਂ ਸਾਰਿਆਂ ਦਾ ਅਸਰ ਕਬੂਲਦਾ ਹੈ ਆਪਣੇ এনवायरमेंट ਤੋਂ 올 ਐਂਗਲਸ ਤੋਂ ਇਹ ਕੁਝ ਬਾਰੂ ਕਰਦਾ ਹੈ ਫਿਰ ਕੁਝ ਜਣ ਹੁਨੇ ਆਏ ਨੇ ਉਹਨਾਂ ਨੂੰ ਅਸੀਂ ਰੀਕੈਪ ਕਰ ਲਈਏ ਅਸੀਂ ਸਮਝ ਰਹੇ ਹਾਂ ਕਿ ਜੇਕਰ ਮੈਂ ਪੰਜ ਤੱਤਾਂ ਦਾ ਆਪਣਾ ਤਨ ਨਹੀਂ ਬਣਾਇਆ ਤਾਂ ਇਹ ਤਨ ਮੇਰਾ ਮਨੁੱਖਾ ਦੇਵ ਵਾਲਾ ਹਿਊਮਨ ਬੀਿੰਗ ਵਾਲੀ ਬਾਡੀ ਹੈ ਹੀ ਨਹੀਂ ਜੇ ਮੈਂ ਗੁੱਡ ਐਲੀਮੈਂਟਸ ਦਾ ਬਣਾਵਾ ਸਪਿਰਚੁਅਲਿਟੀ ਦੇ ਗੋਡਲੀ ਕੁਆਲਿਟੀਜ਼ ਦਾ ਬਣਾਵਾ ਪਰ ਬੱਚੇ ਨੂੰ ਪ੍ਰਾਪਤ ਹਨ ਔਰ ਕ੍ਰਿਸਚੀਅਨਿਟੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੱਕ ਦਰਜ ਹੈ ਪਾਇਓ ਬਾਲ ਬੁੱਧ ਸੁਖਰੇ ਦਾ ਮੋਰ ਯੂ ਆਰ ਇਨੋਸੈਂਟ ਦਾ ਮੋਰ ਯੂ ਹੈਵ ਬੱਚੇ ਵਾਲੀ ਬਿਨਾ ਵਿਤਕਰੇ ਦੀ ਬਿਰਤੀ ਤਾਂ ਤੁਸੀਂ ਰੱਬ ਨੂੰ ਮਾਨ ਸਕਦੇ ਹੋ ਉਹ ਵਾਲਾ ਸੁਖ ਮਾਨ ਸਕਦੇ ਹੋ ਜੋ ਵੈਲਨੈਸ ਵਿਦ ਗੋਡ ਹੁੰਦਾ ਹੈ ਪਰ ਬੱਚੇ ਨੂੰ ਪਤਾ ਨਹੀਂ ਹੈ ਔਰ ਇਜ਼ دی ਗੋਡਲੀ ਕੁਆਲिटीज ਦੇ ਕੋਣ ਇਹਦੇ ਕੋਲ ਹਨ ਪਰ ਉਹ এনवायरमेंट ਤੋਂ ਅਸਰ ਕਬੂਲਣ ਲੱਗਾ ਹੈ ਹਾਂਜੀ ਅਣਜਾਣੇ ਵਿੱਚ ਹੀ ਰੱਬੀ ਗੁਣਾਂ ਦੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਕੇ ਮੰਦੇ ਸੁਭਾ ਨੂੰ ਕਬੂਲਦਾ ਹੈ ਅਤੇ ਉਹਨਾਂ ਵੱਲ ਪ੍ਰੇਰਿਤ ਹੋ ਜਾਂਦਾ ਹੈ ਕੀ ਹੋਇਆ ਅਚਾਨਕ ਉਹ ਨੂੰ ਆਪਣੇ ਚੰਗੇ ਗੁਣਾਂ ਦਾ ਪਤਾ ਨਹੀਂ ਹੈ ਪਰ ਅਟਰੈਕਟ ਹੋ ਰਿਹਾ ਹੈ 네ਗੇਟਿਵ ਥਾਟ ਪ੍ਰੋਸੈਸ ਵੱਲ ਅਟਰੈਕਟ ਹੋ ਰਿਹਾ ਮੰਦੇ ਸੁਭਾ ਵੱਲ और असि इस जीवन कह रहे हैं असी इसका डे बाय डे बच्चा बड़ा हो रहा है चलना सीख गया है बोलना सीख गया है खाना खाना सीख गया है अब बैठ के हर सुसू नहीं करता है स्याणा हो गया है आपे खाने लग गया है यह सारिया गलों का ना असी लाइव रखे ना हाँ जी ਉਨਾ ਵੱਲ ਗਲਤਾਨ ਹੋਣ ਦਾ ਸਿੱਟਾ ਤੇ ਨਹੀਂ ਜਾਣਦਾ ਪਰ ਨਤੀਜੇ ਦੀ ਪਰਵਾਹ ਕੀਤੇ ਬਗੈਰ ਪੈੜੀਆਂ ਆਤਾਂ ਵੱਲ ਵੱਧਣ ਦਾ ਆਗਾਜ਼ ਕਰ بیٹھਦਾ ਹੈ ਹਾਂਜੀ ਇਹਨੂੰ ਪਤਾ ਹੀ ਨਹੀਂ ਕਿ ਮੇਰੇ ਕੋਲ ਗੋਡਲੀ ਕੁਆਲਟੀਜ਼ ਨੇ ਜਿਨ੍ਹਾਂ ਨਾਲ ਮੇਰੀਆਂ achiyan aadta ban sakdiyan ਪਰ ਅਣਜਾਣੇ ਵਿੱਚ ਅਸੀਂ ਸਾਰੇ ਦੇ ਸਾਰਿਓ ਇਨੋਸੈਂਸ ਦੇ ਚੰਗੇ ਗੁਣ ਛੱਡ ਕੇ ਮੰਦੀਆਂ ਆਦਾਂ ਵੱਲ ਵਦਨਾ ਸ਼ੁਰੂ ਕਰ ਦਿੰਦੇ ਆ ਇੱਕ ਨਵੀਂ ਬਿਗਨਿੰਗ ਸ਼ੁਰੂ ਹੁੰਦੀ ਹੈ ਸਾਡੀ ਲਾਈਫ ਦੇ ਅੰਦਰ ਵਿਰਾਸਤ ਵਿੱਚ ਮਿਲੀਆਂ ਰੱਬੀ ਗੁਣਾ ਪਰਪੂਰ ਕਦਰਾਂ ਕੀਮਤਾਂ ਹੌਲੀ-ਹੌਲੀ ਪੁੱਲਦਾ ਜਾਂਦਾ ਹੈ ਅਤੇ ਨਾਲ ਹੀ ਇਸ ਵਰਮੁਲੀ ਦਾਤ ਨੂੰ ਕੁਝ ਵੀ ਅਹਿਮੀਅਤ ਨਹੀਂ ਦਿੰਦਾ ਉਹਦੇ ਮਨ ਅੰਦਰ ਇਹਨਾਂ ਦੀ ਵੈਲਿਊ ਹੈ ਹੀ ਨਹੀਂ ਆ ਉਹਦੇ ਮਨ ਅੰਦਰ ਇਹ ਵੈਲਿਊ ਹੈ मेरे पापा ने मेरी मम्मी को गुस्सा किया और अपनी बात मनवा ली ओ दिस इज ग्रेट आइडिया मेरी मम्मी बड़ी नम्रता से बोल रही थी पापा ने उसको चार गालियां निकाली ओ दिस इज वेरी नाइस आइडिया मेरी मम्मी से जरा सी गलती हो गई पापा ने मम्मी के मायके वालों को बुरा भला कहना शुरू कर दिया वट ए ग्रेट आइडिया मेरे बड़े बहन भाई आपस में एक दूसरे से चीज छीनते हैं और जिसके अंदर ताकत ज्यादा है वो छीन के अलमारी में लॉक कर देता है और बोलता है पापा मम्मी ये आगे से यूज नहीं करेगी और अगर मैं घर में नहीं हूँ तो ताला लगाना चाहिए अलमारी में यार ये तो बड़ी अच्छी बात है अपनी चीज को ऐसे बचा के रखो सब कुछ चारों पासों एक चीजा नेगेटिव आदतों का सुभाव बड़ा पसंद आता है तुम तो देखो गली मोहल्ले ਮਾਂ ਆਪਣੇ ਘਰ ਬੈਠੀ ਹੋਈ ਹੈ ਉਹਨੂੰ ਪਤਾ ਹੀ ਮੇਰੇ ਦੋ ਪੁੱਤਰ ਨੇ ਜਾਂ ਇੱਕ ਪੁੱਤਰ ਹੈ ਇਹ ਬਾਹਰ ਜਾ ਕੇ ਗਲੀ ਮੱਲੇ ਵਿੱਚ ਸ਼ਰਾਰਤ ਕਰਦੇ ਨੇ ਜੇ ਗਲੀ ਵਾਲੇ ਆ ਕੇ ਸ਼ਰਾਰਤ ਦੇ ਅਗੇਂਸਟ ਕੰਪਲੇਂਟ ਕਰਨ ਤਾਂ ਮਾਂ ਆਪਣੇ ਬੱਚੇ ਨੂੰ ਪ੍ਰੋਟੈਕਟ ਕਰਦੀ ਆ ਜੇ ਬੇਟਾ ਬੇਟੀ ਹੋਣ ਤਾਂ ਹਮੇਸ਼ਾ ਬੇਟੀ ਨੂੰ ਸਪਰੈਸ ਕਰ ਦੇਗੀ ਬੇਟੇ ਦੀਆਂ ਗਲਤੀਆਂ ਨੂੰ ਐਕਸੈਪਟ ਕਰ ਲੇਗੀ ਔਰ ਬੇਟੇ ਨੂੰ ਪ੍ਰੋਟੈਕਟ ਕਰੇਗੀ ਪਰ ਕਈ ਜਗ੍ਹਾ ਮਾਵਾ ਪ੍ਰੋਟੈਕਟ ਨਹੀਂ ਕਰਦੀਆ ਬੇਟਾ ਗਲੀ ਵਿੱਚ ਦੂਸਰਿਆਂ ਦੇ ਨਾਲ ਸ਼ਰਾਰਤ ਵੀ ਕਰਾਂਦਾ ਆਪਣੀ ਵਾਰੀ ਸੀ ਰੋਨਾਂ ਦੇ ਨਾਲ ਟਰਨ ਵੀ ਪੂਰੀ ਨਹੀਂ ਕਰਦਾ ਜਾਂ ਕਿਸੇ ਦੀ ਚੀਜ਼ ਖੋ ਕੇ ਲੈ ਆਂਦਾ ਹੈ ਜਾਂ ਕਿਸੇ ਦੀ ਬੇਟੀ ਨੂੰ ਛੇੜ ਦਿੰਦਾ ਹੈ ਔਰ ਉਸ ਦੀਆਂ ਇਹ ਸਾਰੀਆਂ ਆਦਤਾਂ ਜਿਹੜੀਆਂ ਨੇ ਨਾ ਉਹ ਇਹ 네ਗੇਟਿਵ ਖਜ਼ਾਨਾ 네ਗੇਟਿਵ ਚੀ ਦਾ ਤੰ ਇਕੱਠਾ ਕਰਦਾ ਜਾਂਦਾ ਹੈ ਕੋਈ ਉਹਨੂੰ ਚੇਂਜ ਹੀ ਨਹੀਂ ਕਰ ਸਕਦਾ ਔਰ ਉਹਦਾ ਨਾ ਲੱਗਦਾ ਲਾਈਫ ओए हम ना गली में बदमाश होते थे थर थर कावते थे महल वाले हमसे वो इतना रखते लाइफ क्योंकि अगर महल वाले प्यार करें इस चंगे गुण की कीमत उन्हें तो पता नहीं है छोड़ो यार इस अच्छे गुण को लोगों को डरा के रखो ये बहुत अच्छी क्वालिटी है यार ਇਸ ਦੀ ਕੀਮਤ ਜਾਣਦਾ ਹੀ ਨਹੀਂ ਆ ਹੋ ਰਹੀ ਹੋਲੀ ਇਹ ਚੰਗੇ ਗੁਣਾ ਦੀ ਕੀਮਤ ਨੂੰ ਜ਼ੀਰੋ ਕਰ ਦਿੰਦਾ ਦੀ ਅਹਿਮੀਅਤ ਜਾਣਦਾ ਹੀ ਨਹੀਂ ਔਰ ਛੋੜ ਦਿੰਦਾ ਹੈ ਦੇਖੋ కెਮਿਸਟਰੀ ਕਿਸ ਤਰ੍ਹਾਂ ਚੇਂਜ ਹੋ ਰਹੀ ਹੈ ਹਾਂਜੀ ਨੈਕਸਟ ਰਬੀ ਦਾਤ ਦਾ ਮੁੱਲ ਹੀ ਨਹੀਂ ਪਤਾ ਇਸ ਕਰਕੇ ਵੱਡ ਮੁੱਲੀ ਦਾਤ ਖੁਸ਼ ਜਾਣਦਾ ਜ਼ਰਾ ਜਿੰਨਾ ਵੀ ਮਲਾਲ ਨਹੀਂ ਹੁੰਦਾ ਉਹਨੂੰ ਜ਼ਰਾ ਜਿਹਾ ਅਫਸੋਸ ਵੀ ਨਹੀਂ ਲੱਗਦਾ ਕਿ ਮੈਂ ਗੁੱਡ ਕੁਆਲਿਟੀ ਛੋੜ ਰਿਹਾ ਜਾਂ ਮੇਰੇ ਕੋਲ ਛੁੱਟ ਰਹੀ ਹੈ ਪਤਾ ਨਹੀਂ ਲੱਗਦਾ ਇਸ ਸਾਰੀ ਵਾਪਰੀ ਘਟਨਾ ਦਾ ਸਿੱਟਾ ਇਹ ਨਿਕਲਿਆ ਕਿ ਜਮਾ ਵਾਲੀ ਬੁੱਧੀ ਪਾਵ ਮੰਦੀ ਸੋਚ ਸੁਰਤ ਮਤ ਬੁੱਧ ਤੇ ਕਾਬੂ ਹੋ ਜਾਂਦੀ ਹੈ एम्पावर्ड हो जाए आदता पेल सुरतमत खुद अंदर आदि ने फिर बॉडी के एक्शन आदमी ने एटीट्यूड और हैबिट्स सारिया खराब होंदिया जा न जीवन रख्या है इसका नाम हमने लाइफ रखा हुआ है ती सारे सोचो ਇਸ ਦਾ ਨਾਂ ਜੇ ਲਾਈਫ ਹੈ ਚੇਂਜ ਹੋਣੀ ਚਾਹੀਦੀ ਹੈ ਸਹੀ ਐਸਰ ਨੋ ਚੇਂਜ ਹੋਣੀ ਚਾਹੀਦੀ ਹੈ ਸ਼ਾਇਦ ਅੱਜ ਦਾ ਸੈਮੀਨਾਰ ਕੋਈ ਕੰਮ ਕਰ ਜਾਏ ਹਾਂਜੀ ਨੈਕਸਟ ਹੋਲੀ ਹੋਲੀ ਰੱਬੀ ਗੁਣ ਹਿਰਦੇ ਦੇ ਪਟਲ ਤੋਂ ਤੁੰਦਲੇ ਪੈਂਦੇ ਜਾਂਦੇ ਹਨ ਹਾਂਜੀ ਫੇਟੋਂਦੇ ਜਾਂਦੇ ਨੇ ਅੰਦਰੋਂ ਧਰਮ ਪੰਖ ਕਰ ਉੱਡ ਰਿਆ ਸ਼੍ਰਾਮਤਰਮ ਦੋਏ ਛਖ ਖਲੋਏ ਚੁੱਪਦੇ ਜਾਂਦੇ ਹਨ ਫੇਡ ਪੈਂਦੇ ਜਾਂਦੇ ਹਨ ਅੰਦਰ ਦੀ ਆਵਾਜ਼ ਸੁਣਾਈ ਦੇਣੀ ਬੰਦ ਹੋਦੀ ਜਾਂਦੀ ਹੈ ਪੋਟੈਂਸ਼ੀਓਮੀਟਰ ਖਰਾਬ ਹੋ ਜਾਂਦਾ ਹੈ ਵੌਲਯੂਮ ਜਿੰਨਾ ਮਰਜ਼ੀ ਉੱਚਾ ਕਰ ਲੋ ਸੁਣਾਈ ਨਹੀਂ ਦਿੰਦਾ ਈਰਖਾਲੂ ਕਰੋਦੀ ਵੈਰ ਵਿਰੋਧ ਰੱਖਣ ਵਾਲੀ ਸ਼ਖਸੀਅਤ ਵੰਦਾ ਜਾਂਦਾ ਹੈ ਹਾਂਜੀ ਹਰ ਇਨਸਾਨ ਬਚਪਨੇ ਤੋਂ ਦੇਖੋ ਟਰਾਂਸਫਾਰਮ ਹੋਣ ਦੀ ਬਚਾਏ ਕਿਸ ਤਰ੍ਹਾਂ ਪੈੜੇ ਦੇਸ਼ ਦੀਆਂ ਵਾਦੀਆਂ ਵਾਲੇ ਦੇਸ਼ ਅੰਦਰ ਮਾਈਗ੍ਰੇਟ ਹੋ ਰਿਹਾ ਹੈ ਆਪਣੇ ਆਪਣੇ ਅੰਦਰ ਜਾਤੀ ਮਾਰ ਰਹੇ ਆ ਮੈਂ ਕਿਸੇ ਨੂੰ ਟੌਂਟ ਨਹੀਂ ਕਰ ਸਕਦਾ ਮੇਰੇ ਅੰਦਰ ਵੀ ਬਿਆਨਤ ਗਲਤ ਆਦਤਾਂ ਹੋਣ ਗਈਆਂ ਇੰਜ ਇੰਜ ਉਹ ਆਂਦੀਆਂ ਨੇ ਜਦੋਂ ਅਸੀਂ ਚੰਗਾ ਗੁਣ ਛੋੜਦੇ ਆਂ ਔਰ ਜੰਮ ਭੈੜੀ ਆਦਤ ਦੇਣ ਵਾਸਤੇ ਮੇਰੇ ਉਤੇ ਏਮਪਾਵਰਡ ਹੈ ਇਮੀਡੀਏਟਲੀ ਮੇਰੀ ਆਤਮਕ ਮੌਤ ਕਰਾਨ ਲੱਗ ਗਈ ਹੈ ਮੌਲਤ ਮੋਹਤ ਨਾ ਜਾਣਾ ਕਿਆ ਜਾਣਾਂ ਕਿ ਮਰਾਂਗੇ ਪਤਾ ਹੀ ਨਹੀਂ ਕਿ ਇਸ ਵੇਲੇ ਮੈਂ ਚੰਗਾ ਗੁਣ ਛੱਡਿਆ ਔਰ ਭੈੜੀਆਂ ਚਾਰ ਮੰਦੀਆਂ ਆਤਾ ਪੈ ਗਈਆਂ ਚਾਰ ਦੇ ਨਾਲ ਹੋਰ ਚਾਰ ਦੀ ਹੋਰ ਪੈ ਗਈਆਂ るか。